वाहिगुरु जी का खालसा, वाहिगुरु जी की फतेह। नमस्ते, अस्सलाम वालेकुम, ग्रीटिंग्स ऑफ द डे। अज हुई है जी 14 अक्टूबर, ते रात दे बज चुके ने 10 बजे। आपा वीलॉग जिहड़ा है उहदी शुरुआत क्यों कर रहे हैं? बहुत ही जरूरी कारण ने इहदे दो। पहला कारण तां इह है कि अज 14 अक्टूबर है ते अज रात 12 बजे तो शुरू हो जाएगी 15 अक्टूबर 12 बजे तो बाद। 15 अक्टूबर होंदी है मेरे बेबे जी ते बापू जी दी मैरिज एनिवर्सरी। नाल ही साडे लई परिवार लई बहुत ही खुशियां भरिया दिन होंदा है क्योंकि साडे परिवार दी नैक्सट जनरेशन मेरे भतीजे भतीजियां विचों पहली बेटी यानी कि प्रभ नूर कौर संधू दा 15 अक्टूबर ਨੂੰ ਹੁੰਦਾ ਹੈ ਜਨਮਦਿਨ ਤੇ ਅਸੀਂ ਜਾ ਰਹੇ ਹਾਂ ਉਹਨਾਂ ਦੇ ਘਰੇ ਜਨਮਦਿਨ ਮਨਾਉਣ। ਉਹਨਾਂ ਦੇ ਘਰੇ ਮੈਂ ਕਿਉਂ ਕਹਿ ਰਿਹਾ? ਕਿਉਂਕਿ ਬਾਈ ਹੋਰੀ ਰਹਿੰਦੇ ਨੇ ਥੋੜੇ ਡਿਸਟੈਂਸ ਤੇ, ਉਹਨਾਂ ਦੀ ਆਪਣੀ ਫੈਕਟਰੀ ਆ ਨੀਚੇ ਤੇ ਉੱਪਰ ਦੇ ਪੋਰਸ਼ਨ ਦੇ ਵਿੱਚ ਉਹਨਾਂ ਨੇ ਕੋਠੀ ਬਣਾਈ ਹੋਈ ਹੈ। ਤਾਂ ਆਪਾਂ ਹੁਣ ਚੱਲਾਂਗੇ ਬਾਈ ਹੋਰਾਂ ਦੇ ਘਰ ਤੇ। ਆਹ ਆਪਾਂ ਨਾਲ ਚੱਲਦੇ ਤੇ ਦੇਖਦੇ ਹਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਆਪਾਂ ਭਤੀਜੀ ਨੂੰ ਦੇਣ ਲਈ ਸਰਪ੍ਰਾਈਜ਼ ਤੇ। ਆਓ ਚੱਲਦੇ ਹਾਂ ਆਪਾਂ ਸਾਰੇ ਇਕੱਠੇ ਰਲ ਕੇ ਦੇਵਾਂਗੇ ਆਪਣੀ ਭਤੀਜੀ ਨੂੰ ਸਰਪ੍ਰਾਈਜ਼ ਤੇ। ਆਜੋ ਚੱਲੀਏ। ਇੱਕ ਹੋਰ ਜ਼ਰੂਰੀ ਗੱਲ, ਨੂਰ ਦਾ ਪ੍ਰਭ ਨੂਰ ਦਾ ਜਿਹੜਾ ਆ ਇਹ ਸਰਪ੍ਰਾਈਜ਼ ਪ੍ਰਭ ਨੂਰ ਲਈ ਡਬਲ ਹੋ ਜਾਣਾ ਆ। ਕਿਉਂ ਡਬਲ ਹੋ ਜਾਣਾ? ਕਿਉਂਕਿ ਅਸੀਂ ਲੈ ਕੇ ਜਾ ਰਹੇ ਹਾਂ ਨਾਨਕੀ ਨੂੰ ਆਪਣੇ ਨਾਲ। ਨਾਨਕੀ ਮੇਰੀ ਬੇਟੀ ਨਿਤਕਰਮਨਜੀਤ ਕੌਰ ਉਹਦਾ ਨਾਮ ਹੈ ਤੇ ਅਸੀਂ ਤਿੰਨੋਂ ਜਾਣੇ, ਮੈਂ, ਮੇਰੇ ਵਾਈਫ ਤੇ ਨਿਤਕਰਮਨਜੀਤ ਕੌਰ, ਨਾਨਕੀ ਜਿਸਦਾ ਨਿਕਨੇਮ ਹੈ, ਉਹ ਵੀ ਜਾ ਰਹੇ ਹਾਂ ਇਕੱਠੇ ਹੀ ਦੇਣ ਲਈ ਸਰਪ੍ਰਾਈਜ਼ ਸਾਡੀ ਭਤੀਜੀ ਨੂੰ। ਤੇ ਨਾਨਕੀ ਇਜ਼ ਅ ਬਿਗ ਸਰਪ੍ਰਾਈਜ਼ ਫੋਰ ਹਰ ਕਿਉਂਕਿ ਪਿਛਲੇ ਸਾਲ ਨਾਨਕੀ ਨੇ ਉਹਨੂੰ ਉਹਦੇ ਜਨਮ ਦਿਨ ਵਾਲੇ ਦਿਨ ਦੁਪਹਿਰ ਤੋਂ ਬਾਅਦ ਵਿਸ਼ ਕੀਤਾ ਸੀ, ਪਰ ਅੱਜ ਜਨਮ ਦਿਨ ਤੋਂ ਪਹਿਲਾਂ ਹੀ ਅਸੀਂ ਪਹੁੰਚ ਜਾਵਾਂਗੇ ਉਹਨਾਂ ਦੇ ਘਰ ਤੇ। ਬਹੁਤ ਹੀ ਸੋਹਣਾ ਅਸੀਂ ਸਰਪ੍ਰਾਈਜ਼ ਪਲਾਨ ਕੀਤਾ ਤੇ ਨਾਲ ਹੀ ਤੁਹਾਨੂੰ ਦਿਖਾਉਂਦੇ ਹਾਂ ਕਿ ਸਰਪ੍ਰਾਈਜ਼ ਕੀ ਪਲਾਨ ਕੀਤਾ। ਆਜੋ ਫਟਾਫਟ ਹੁਣ ਚੱਲੀਏ ਉਹਨਾਂ ਦੇ ਘਰ। ਟਾਈਮ ਹੋ ਗਿਆ ਲਗਭਗ 10:30 ਤੇ ਆਪਾਂ ਪਹੁੰਚ ਚੁੱਕੇ ਹਾਂ ਉਹਨਾਂ ਦੇ ਘਰ ਤੇ ਭਤੀਜਾ ਮੇਰਾ ਆਇਆ ਡੋਰ ਖੋਲਣ। ਆਪਾਂ ਉੱਪਰ ਚੱਲਦੇ। ਆਪਾਂ ਪਹੁੰਚ ਚੁੱਕੇ ਹਾਂ ਉੱਪਰ। ਸ਼ਾਹ ਜੋਰ ਸੰਧੂ ਤੇ ਉਹ ਪਿੱਛੇ ਭਾਬੀ ਜੀ ਭਾਜੀ ਆਪਣੀ ਤੇ ਭਤੀਜੀ ਨੂੰ ਆਪਾਂ ਭੇਜਿਆ ਹੋਇਆ ਉਹਦੇ ਮਾਸੀ ਜੀ ਦੇ ਘਰ। ਮਾਸੜ ਜੀ ਲੈ ਕੇ ਆਣਗੇ ਬਹੁਤ ਜਲਦੀ ਕਿਉਂਕਿ ਉਹਦੇ ਲਈ ਤਿਆਰ ਕੀਤਾ ਇੱਕ ਸਰਪ੍ਰਾਈਜ਼ ਡੈਕੋਰੇਸ਼ਨ ਜਿਹੜੀ ਆ ਉਹਦੀ ਆਪਾਂ ਤੁਹਾਨੂੰ ਥੋੜੀ ਜਿਹੀ ਗਲਿੰਪਸ ਜਿਹੜੀ ਆ ਦਿਖਾ ਦਿੰਦੇ ਹਾਂ ਤੇ ਬਾਕੀ ਸਾਰੀਆਂ ਤੁਹਾਨੂੰ ਝਲਕੀਆਂ ਮਿਲਣਗੀਆਂ ਵਲੌਗ ਦੇ ਦੌਰਾਨ। ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਇੱਕ 360 ਵਿਊ ਸਾਰੀ ਡੈਕੋਰੇਸ਼ਨ ਦਾ। ਲੈਟਸ ਗੋ ਟੂ ਦੀ ਅਦਰ ਰੂਮ, ਦੂਸਰਾ ਰੂਮ ਜਿਹੜਾ ਪ੍ਰਭ ਨੂਰ ਦਾ ਆਪਣਾ ਬੈਡਰੂਮ ਹੈ, ਉਹਦੇ ਚ ਦਿਖਾਉਂਦੇ ਹਾਂ ਡੈਕੋਰੇਸ਼ਨ ਕਿਸ ਤਰ੍ਹਾਂ ਦੀ ਹੋਈ ਹੈ।
ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਹਲਚਲ ਦੀ ਆਵਾਜ਼ ਆ ਰਹੀ ਹੋਊਗੀ, ਪਤਾ ਨਹੀਂ ਨਹੀਂ ਆ ਰਹੀ, ਪਰ ਤੁਹਾਨੂੰ ਸਾਰਿਆਂ ਨੂੰ ਇੱਕਦਮ ਹਨੇਰਾ ਦਿਸ ਰਿਹਾ ਹੋਊਗਾ ਘਰ ਦੇ ਵਿੱਚ, ਕਿਉਂਕਿ ਨੂਰ ਪਹੁੰਚ ਚੁੱਕੀ ਆ ਘਰ ਦੇ ਵਿੱਚ ਤੇ ਫਸਟ ਫਲੋਰ ਦੇ ਉੱਤੇ ਜਿਹੜੀ ਆ ਰੈਜੀਡੈਂਸ ਬਣੀ ਹੋਈ ਆ, ਗਰਾਊਂਡ ਫਲੋਰ ਦੇ ਉੱਤੇ ਫੈਕਟਰੀ ਹੈ ਤੇ ਨੂਰ ਨੂੰ ਅਸੀਂ ਉਡੀਕ ਰਹੇ ਹਾਂ ਫਸਟ ਫਲੋਰ ਦੇ ਉੱਤੇ, ਉਹ ਨੂਰ ਉੱਪਰ ਆਊਗੀ ਤੇ ਆਪਾਂ ਦੇਖ ਜਾ ਕੇ ਹੁੰਦਾ ਕੀ ਆ ਹੁੰਦਾ ਕੀ ਐਕਸ਼ਨ। Happy birthday, man!